ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤੇ ਬਹੁਤ ਸਾਰੇ ਕੈਂਡੀਡੇਟਾਂ ਨੇ ਮੈਨੂੰ ਮੈਸੇਜ ਆਈ ਜਾਂਦੇ ਸੀ ਭਾਈ ਇੱਕ ਤਾਂ ਵੀਡੀਓ ਨੂੰ ਬatho-bath ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣਾ ਜਿੰਨੇ ਸਬਸਕ੍ਰਾਈਬ ਕਰ ਦਿਓ ਇਹ ਨਹੀਂ ਮੈਸੇਜ ਆ ਰਹੇ ਸੀ ਕਿ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਨੂੰ ਦੱਸ ਦਿਓ ਵੈਸੇ ਕੀਪ ਜੀ ਪੀ ਟ੍ਰਿਪਲ ਐਸ ਦੀ ਕਲਰਕ ਦਾ ਟੈਸਟ ਹੋਇਆਗਾ ਉਹਦੀ ਮੈਟ ਕਿੰਨੀ ਜਾਊਗੀ ਦੇਖੋ ਜੀ ਹੁਣ ਐਡੇ ਪੰਜਾਬ ਦੇ ਵਿੱਚ ਪੇਪਰ ਦਿੱਤੇ ਆ ਬੱਚਿਆਂ ਨੇ ਹੁਣ ਨਾ ਤਾਂ ਸਾਨੂੰ ਪਤਾਗਾ ਕਿ ਕਿੰਨਿਆਂ ਨੇ ਕਿੰਨੇ ਨੰਬਰ ਆਇਆ ਨਾ ਮੈਨੂੰ ਪਤਾ ਇਹਦੇ ਬਾਰੇ ਕਿ ਕਿੰਨੇ ਦੇ ਕਿੰਨੇ ਨੰਬਰ ਆਏ ਠੀਕ ਹੈ ਜਿਵੇਂ ਆ ਤਾਂ ਅੰਦਾਜ਼ਾ ਲਾ ਕੇ ਤੁਹਾਡੀ ਮੈਟ ਬਣਾਦਾ ਤਾਂ ਉਹ ਚੀਜ਼ ਕੋਈ ਸਹੀ ਨਹੀਂ ਹੋ ਸਕਦੀ ਠੀਕ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਨੂੰ ਨੁਕਸਾਨ ਵੀ ਹੋ ਸਕਦਾ ਤਾਂ ਕਰਕੇ ਆਪਾਂ ਇੱਕ ਪੋਸਟਰ ਅਪਡੇਟ ਕੀਤੀ ਹੋਈ ਹੈ ਆਪਣੇ ਚੈਨਲ ਤੇ ਠੀਕ ਹੈ ਜੀ ਉਹ ਤੁਹਾਨੂੰ ਪੋਸਟ ਦਿਖਾ ਦਿੰਦਾ ਕਿਵੇਂ ਤੁਸੀਂ ਦੇਖਣਾ ਪੋਸਟਰ ਜਾ ਸਕਦੇ ਹੋ ਮੇਰੇ ਸਾਹਮਣੇ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿੰਨਾ ਚੈਨਲਾਂ ਦੇ ਚੈਨਲ ਨੂੰ ਬੱਚਿਆਂ ਨੇ ਉਹਦੇ ਸਾਹਮਣੇ ਆਪਣੇ ਆਪ ਹੀ ਆ ਜੂਗੇ ਉਹ ਚੀਜ਼ ਜੇ ਨਹੀਂ ਵੀ ਆਉਂਦੀ ਤਾਂ ਤੁਹਾਨੂੰ ਦਿਖਾ ਦਿੰਦਾ ਮੈਂ ਠੀਕ ਹੈ ਤੁਸੀਂ ਕੀ ਕਰਨਾਗਾ ਉਹ ਜੀ ਤੇ ਜਾ ਕੇ ਤੁਸੀਂ ਇਹਦੇ ਨੰਬਰ ਦੱਸਦੇ ਨੇ ਕਿੰਨੇ ਨੰਬਰ ਆ ਗਏ ਤਾਂ ਫਿਰ ਇੱਕ ਵੀਡੀਓ ਨੂੰ ਲਾਈਕ ਵੀ ਨਾਲ ਉਹ ਜਿਹੜਾ ਪੋਸਟ ਨੂੰ ਲਾਈਕ ਕਰ ਦਿਓ ਉਹ ਤਾਂ ਤੁਹਾਨੂੰ ਪਤਾ ਲੱਗ ਜੂ ਕਿੰਨੇ ਬੱਚੇ ਨੇ ਦੇਖਣਾ ਫਿਰ ਆਪਾਂ ਉਹ ਸਾਡਾ ਰਿਜ਼ਲਟ ਕੱਢ ਕੇ ਤੁਹਾਡੇ ਸਾਹਮਣੇ ਕੱਲ ਤੱਕ ਅਪਡੇਟ ਕਰ ਦਾਂਗੇ ਕਿੰਨੀ ਇਹਦੀ ਮੈਰਟ ਜਸ ਬਿਲਕੁਲ ਸਹੀ ਮੈਰਟ ਆਊਗੀ 101% ਐਕੂਰੇਟ ਮੈਰਟ ਆਊਗੀ ਉਹ ਕਿਉਂਕਿ ਉਹ ਕੋਈ ਆਪਾਂ ਆਪਣੇ ਕੋਲੋਂ ਨਹੀਂ ਬਣਾਈ ਤੇ ਤੁਹਾਡੇ ਆਰੇ ਨੰਬਰਾਂ ਦੀ ਹੋਊਗੀ ਇੱਕ ਜਿਹੜੇ ਕੈਂਡੀਡੇਟ ਦੇ ਜਿੰਨੇ ਨੰਬਰ ਹੈਗੇ ਸਹੀ ਸਿਰਫ ਪਲੀਜ਼ ਉਹੀ ਕੈਂਡੀਡੇਟ ਦੱਸਣਾ ਇਹ ਨਾ ਦੱਸਣਾ ਕਿ ਵਿੱਚ ਫੁਗਰੀ ਵਾਲੇ ਵੀ ਹੁੰਦੇ ਮੇਰੇ ਅੱਗੇ ਜਿਹੜੇ ਕਹਿੰਦੇ ਸਾਡੇ ਅਸੀਂ ਜੀ 90 ਨੰਬਰਾਂ ਦਾ ਕਰਿਆ ਏ ਤੇ ਜਿਹੜਾ ਰਿਜ਼ਲਟ ਆਉਂਦਾ ਹੁੰਦਾ ਹੈ ਉਦੋਂ ਮੇਰੇ ਵਰਗੇ ਤੇ 40 ਨੰਬਰ ਹੁੰਦੇ ਆਗੇ ਠੀਕ ਹੈ ਤੇ ਉਹੀ ਜਿਹਾ ਕੰਮ ਨਾ ਕੋਈ ਕਰਿਓ ਜਿਨ੍ਹਾਂ ਨੇ ਜਿੰਨੇ ਲੱਗਦੇ ਉਹਨਾਂ ਨੂੰ ਕਿ ਮੇਰਾ ਐਕੂਰੇਟ ਹੈ ਕਿ ਇਹਨਾਂ ਦਾ ਜਿਹੜਾ ਇਹਨਾਂ ਦਾ ਆਪਾਂ ਪੇਪਰ ਦੇਣ ਗਏ ਆ ਮੈਚ्योर ਆ ਆਪਣੇ ਇਹਨਾਂ ਦਾ ਪਤਾ ਹੀ ਆਪਾਂ ਕਿਹੜਾ ਗਲਤ ਕਰਕੇ ਆ ਗੜਾ ਸਹੀ ਕਰਕੇ ਆਏ ਆ ਠੀਕ ਹੈ ਜੇ ਫਿਰ ਆਪਾਂ ਦੇਖਾਂਗੇ ਸੇਫ ਸਕੋਰ ਕਿੰਨੇ ਆ ਫਿਰ ਆਪਾਂ ਕੈਟਾਗਰੀ ਦੇ ਹਿਸਾਬ ਤੇ ਪਾਵਾਂਗੇ ਇਹ ਪਹਿਲਾਂ ਜੇ ਆਪ ਨੂੰ ਇਹਦੇ ਵਿੱਚ ਵਧੀਆ ਰਿਸਪੌਂਸਿਬਿਲਿਟੀ ਆ ਫਿਰ ਆਪਾਂ ਐਸਟੀ ਐਸਟੀ ਓਬੀਸੀ ਤੇ ਜਰਨਲ ਫਿਰ ਇਹਨਾਂ ਦੇ ਆਪਾਂ ਮੈਟਰ ਦੇ ਹਿਸਾਬ ਤੇ ਪ ਤੇ ਤਾਂ ਕਰਕੇ ਸਾਰੇ ਕੈਂਡੀਡੇਟਾਂ ਨੇ ਆਪਣੇ ਚੀਜ਼ ਦੇ ਵਿੱਚ ਸਾਥ ਦੇਣਾਗਾ ਅਲੱਗ-ਅਲੱਗ categories ਦੀ ਮੈਰਿਟ ਵੀ ਆਪਾਂ ਕੱਢਾਂਗੇ ਠੀਕ ਹੈ ਤਾਂ ਆਪਣਾ ਸਾਰਾ ਚੀਜ਼ ਇਕੱਠਾ ਕਨਫਰਮ ਹੋ ਜਾਣਗੀਆਂ ਠੀਕ ਹੈ ਕਿਉਂਕਿ ਬੱਚੇ ਨੇ ਟਾਈਪਿੰਗ ਦੀ ਤਿਆਰੀ ਵੀ ਕਰਨੀ ਹੈ ਇਹ ਨਾ ਹੋਵੇ ਕਿ ਬੱਚੇ ਟਾਈਪਿੰਗ ਦੀ ਤਿਆਰੀ ਕਰੀ ਜਨ ਉਹਨਾਂ ਨੰਬਰ ਨਾ ਆਵੇ ਵਿੱਚ ਤੇ ਉਹਨਾਂ ਦੀ ਫੀਸ ਦਿੱਤੀ ਵੀ ਚੜ੍ਹਦੀ ਨਹੀਂ ਜਾਵੇ ਤੇ ਆਡਾ ਟਾਈਮ ਬਰਬਾਦ ਕੀਤਾ ਵੀ ਜਾਵੇ ਤਾਂ ਕਰਕੇ ਆਪਾਂ ਅੱਜ ਬਲੇ ਦੇਖਦੇ ਕਿ ਕਿੰਨੀ ਕਿ ਮੈਚ ਜਾਂਦੀ ਹੈ ਫਿਰ ਆਪਾਂ ਅਲੱਗ-ਅਲੱਗ categories ਦੀ ਮੈਚ ਕੱਢਾਂਗੇ ਡੇਲੀ ਐਸ.ਟੀ. ਦੀ ਹੋਗੀ ਐਸ.ਟੀ. ਦੀ ਹੋਗੀ ਈ.ਡਬਲਯੂ.ਐਸ.ਆਰ. ਦੀ ਹੋਗੀ ਦੇਖੋ ਜੀ ਜੇ ਤੁਸੀਂ ਆਪਣੇ ਚੈਨਲ ਤੇ ਜਾਓਗੇ ਬੱਚਿਓ ਠੀਕ ਹੈ ਤੇ ਤੁਹਾਨੂੰ ਨਾ ਇੱਥੇ ਕਾ ਚੀਜ਼ ਮਿਲੀ ਦਿਸੂਗੀ ਹੋਂ ਮਿਲਦਾ ਹੁੰਦਾ ਹੈ ਇੱਕ ਆਪ ਨੂੰ ਵੀਡੀਓ ਇੱਕ ਪਲੇਲਿਸਟ ਇੱਕ ਕਮਿਊਨਿਟੀ ਇੱਕ ਕਮਿਊਨਿਟੀ ਮਿਲੂਗੀ ਜਿਹੜੀ ਤੁਸੀਂ ਕਮਿਊਨਿਟੀ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਆਹ ਇੰਟਰਫੇਸ ਖੁੱਲ ਜੂਗਾ ਠੀਕ ਹੈ ਇਹ ਇੰਟਰਫੇਸ ਤੁਹਾਡੇ ਸਾਹਮਣੇ ਖੁੱਲ ਜੂਗਾ 1 ਮਿੰਟ ਦੇਖੋ ਬੱਚਿਓ ਆਹ ਚੀਜ਼ ਤੁਹਾਡੇ ਸਾਹਮਣੇ ਖੁੱਲ ਲੱਗੀ ਠੀਕ ਹੈ ਤਾਂ ਇਹ ਤੋਂ ਆਪ ਨੂੰ ਅੰਦਾਜ਼ਾ ਲਾ ਸਕਦੇ ਆਪਾਂ ਕਿ ਕਿਹੜੇ ਕਿਹੜੇ ਬੱਚਿਆਂ ਦੇ ਕਿੰਨੇ ਕਿੰਨੇ ਨੰਬਰ ਆ ਰਹੇ ਹੈ ਦੇਖੋ ਅ 40 ਤੋਂ 50% ਵਾਲੇ ਬੱਚੇ 24% ਹੈ 50 ਤੋਂ 60 ਵਾਲੇ ਸਭ ਤੋਂ ਜ਼ਿਆਦੇ ਹੈ ਆ 60 ਤੋਂ 70 ਵਾਲੇ ਜਿਹੜੇ 670 ਵਾਲੇ ਇਹ ਵੀ ਜ਼ਿਆਦਾਤਰ ਇਸੇ ਕੈਟਾਗਰੀ ਦੇ ਵਿੱਚ 카ਉਂਟ ਹੋਣਗੇ ਦੇਖੋ 70 ਤੇ ਆ 7% ਹੀ ਹੈ ਤੇ 80 ਤੋਂ 90 ਵਾਲੇ 16% ਹੈ ਠੀਕ ਹੈ ਇੱਕ ਆਪਣੀਸ ਮਜ਼ਾਕ ਕਰਜ ਕਰਦੇ ਨਾ ਬਾਧਿਆ ਕਰੋ ਜਿੰਨੇ ਨੰਬਰ ਸਹੀ ਬੰਦੇ ਉੰਨੇ ਪਾਇਓ ਆਪਦੇ ਠੀਕ ਹੈ ਇਹ ਨਾ ਹੋਵੇ ਕਿ ਤੁਸੀਂ ਨੰਬਰ ਦੱਸਿਓ ਮੈਂ ਬਾਅਦ ਵਿੱਚ ਨੰਬਰ ਤੁਹਾਡੇ 45 ਵੀ ਮਸਾ ਰੂ ਪਿੱਟ ਕੇ ਬੰਨ ਉਹ ਕੰਮ ਨਹੀਂ ਕਰਨਾ ਕਿਸੇ ਵੀ ਕੈਂਡੀਡੇਟ ਨੇਗੇਟਿਵ ਮਾਰਕਿੰਗ ਕਰਕੇ ਆਪਦੀ ਠੀਕ ਹੈ ਚਾਰ 네ਗੇਟਿਵ ਮਾਰਕ ਨੇ ਇੱਕ ਘਟਿਆ ਜਾਂਦਾ ਹੁੰਦਾ 네ਗੇਟਿਵ ਕਰਕੇ ਸਾਰਾ ਕੁਝ ਕਰਕੇ ਇੱਕੂਰੇਟ ਨੰਬਰ ਦੱਸਣਾ ਮੈਨੂੰ ਇੱਕੂਰੇਟ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਿਉਂਦੇ ਬਾਦ ਦੇ ਰੋਪਾਈ ਇੱਕ ਨਾਲ ਜੇ ਕੋਈ ਕੈਂਡੀਡੇਟ ਆਪਦੀ ਕੈਟਾਗਰੀ ਦੱਸ ਸਕਦਾ ਬਾਰੀ ਵਧੀਆ ਗੱਲ ਆ ਥੋੜੇ ਮਿੰਟਾਂ ਦੇ ਵਿੱਚ ਧੰਨਵਾਦ ਕੈਟਾਗਰੀ ਜ਼ਰੂਰ ਦੱਸਿਓ ਆਪ ਜੀ ਧੰਨਵਾਦ